ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ। ਪ੍ਰਦਰਸ਼ਨਕਾਰੀ ਕਿਸਾਨਾਂ ਤੇ ਫਿਰ ਤੋਂ ਭੜਕੀ ਹੈ ਕੰਗਨਾ ਰਣੌਤ। ਬੰਗਲਾਦੇਸ਼ ਜਿਹੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ। ਉਹਨਾਂ ਇਹ ਕਿਹਾ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਨੇ ਕੰਗਨਾ ਦਾ, ਇਹ ਕਹਿਣਾ ਹੈ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ। ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ, ਕੰਗਨਾ ਰਣੌਤ ਇਹ ਕਹਿ ਰਹੀ ਹੈ। ਔਰ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲੈਨਿੰਗ ਬਹੁਤ ਲੰਮੀ ਸੀ ਉਹਨਾਂ ਦਾ, ਇਹ ਵੀ ਕਹਿਣਾ ਹੈ। ਤਾਂ ਕੁੱਲ ਮਿਲਾ ਕੇ ਇਹ ਫਿਰ ਤੋਂ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਕਈ ਵਾਰ ਕੰਗਨਾ ਰਣੌਤ ਚਰਚਾ ਦੇ ਵਿੱਚ ਆਏ, ਖਾਸ ਤੌਰ ਤੇ ਜਦੋਂ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਜੋ ਮਹਿਲਾਵਾਂ, ਜੋ ਬਜ਼ੁਰਗ ਬੀਬੀਆਂ ਧਰਨੇ ਦੇ ਵਿੱਚ ਬੈਠੀਆਂ ਸਨ, ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਉਹ ਬਿਆਨ ਜਿਹੜਾ ਹੈ ਕਾਫੀ ਜ਼ਿਆਦਾ ਕਿਸਾਨਾਂ ਨੂੰ ਔਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਚੁਭਿਆ, ਔਰ ਉਸ ਨੂੰ ਲੈ ਕੇ ਰੋਸ ਵੇਖਣ ਨੂੰ ਮਿਲਿਆ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਬੀਬੀਆਂ ਲਿਆਂਦੀਆਂ ਗਈਆਂ ਨੇ। ਉਸ ਤੋਂ ਬਾਅਦ ਇਹ ਨੌਬਤ ਆਈ ਜੋ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਏਅਰਪੋਰਟ ਤੇ CISF ਜਿਹੜੀ ਮੁਲਾਜ਼ਮ ਸੀ ਉਸਦੇ ਵੱਲੋਂ ਕੰਗਨਾ ਰਣੌਤ ਦੇ ਇਹ ਕਿਹਾ ਗਿਆ ਕਿ ਥੱਪੜ ਮਾਰਿਆ ਗਿਆ। ਹਾਲਾਂਕਿ ਉਸ ਨੂੰ ਲੈ ਕੇ ਕੋਈ ਵੀਡੀਓ ਤਾਂ ਸਾਹਮਣੇ ਨਹੀਂ ਆਈ, ਪਰ ਬਹੁਤ ਕਾਫੀ ਵਿਵਾਦ ਉੱਠਿਆ ਸੀ। ਔਰ ਹਾਲੇ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਰਣੌਤ ਐਮਰਜੈਂਸੀ ਮੂਵੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਹੈ, ਔਰ ਲਗਾਤਾਰ SGPC ਤੋਂ ਲੈ ਕੇ ਸਿੱਖ ਜਥੇਬੰਦੀਆਂ ਔਰ ਵੱਖ-ਵੱਖ ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਆਗੂਆਂ ਦੇ ਵੱਲੋਂ, ਸਭ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਐਮਰਜੈਂਸੀ ਮੂਵੀ ਦਾ। ਔਰ ਸਾਫ਼ ਤੌਰ 'ਤੇ ਜਥੇਦਾਰ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਕੱਟ ਨੇ ਉਹ ਲਗਾਏ ਜਾਣਗੇ, ਔਰ ਪਹਿਲਾਂ ਜਿਹੜੀ ਮੂਵੀ ਹੈ ਉਹ SGPC ਨੂੰ ਦਿਖਾਈ ਜਾਵੇ, ਜਿਸ ਤੋਂ ਬਾਅਦ ਇਸ ਨੂੰ ਰਿਲੀਜ਼ ਕੀਤਾ ਜਾਵੇ 6 ਸਤੰਬਰ ਨੂੰ, ਕਿਉਂਕਿ ਮੂਵੀ ਰਿਲੀਜ਼ ਹੋ ਜਾ ਰਹੀ ਹੈ। ਤਾਂ ਕੁੱਲ ਮਿਲਾ ਕੇ ਇਹ ਸਾਰੇ ਵਿਵਾਦ ਚੱਲ ਹੀ ਰਹੇ ਸਨ, ਅਜਿਹੇ ਦੇ ਵਿੱਚ ਆਲੇ ਹੁਣ ਕੰਗਨਾ ਰਣੌਤ ਦਾ ਇੱਕ ਹੋਰ ਬਿਆਨ ਆਇਆ ਹੈ, ਔਰ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਜਿਹੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ। ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਨੇ, ਉਹਨਾਂ ਕਿਹਾ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ, ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ। ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ। ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਹੋਇਆ ਉਹ ਸਭ ਨੇ ਦੇਖਿਆ ਹੈ, ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ। ਉੱਥੇ ਰੇਪ ਹੋ ਰਹੇ ਸੀ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ। ਜਦ ਉਸ ਬਿੱਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ, ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ। ਉਹਨਾਂ ਦੇ ਸਮਾਂ ਰਹਿੰਦਿਆਂ ਕੰਟਰੋਲ ਪਾ ਲਿਆ ਗਿਆ, ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ। ਕੁੱਲ ਮਿਲਾ ਕੇ ਬਿਆਨ ਦਿੱਤਾ ਗਿਆ ਹੈ, ਔਰ ਇੱਕ ਇੰਟਰਵਿਊ ਦਿੱਤਾ ਗਿਆ, ਜਿਸ ਇੰਟਰਵਿਊ ਦੇ ਵਿੱਚ ਕੰਗਨਾ ਰਣੌਤ ਨੇ ਇਹ ਬਿਆਨ ਦਿੱਤਾ ਹੈ ਤਾਂ ਬੰਗਲਾਦੇਸ਼ ਬਣ ਜਾਂਦਾ ਪੰਜਾਬ, ਇਹ ਕਿਹਾ ਗਿਆ ਹੈ। ਔਰ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਫਿਰ ਤੋਂ ਅਸੀਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਇਸ ਬਿਆਨ ਨੂੰ ਲੈ ਕੇ ਕਾਫੀ ਰੋਸ ਜਿਹੜਾ ਹੈ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਕੰਗਨਾ ਰਣੌਤ ਦੇ ਵੱਲੋਂ ਹਾਲੇ ਦੇ ਵਿੱਚ ਜੋ ਮੂਵੀ ਆ ਰਹੀ ਹੈ ਐਮਰਜੈਂਸੀ, ਉਸ ਦੇ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਗਿਆ ਹੈ। ਔਰ ਉਸ ਸਮੇਂ ਕੀ ਕੁਝ ਤਸਵੀਰ ਸੀ, ਕਿਉਂਕਿ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦਾ ਵੀ ਉਸ ਦੇ ਵਿੱਚ ਜਿਹੜਾ ਹੈ ਪੂਰਾ ਉਸ ਨੂੰ ਦਰਸਾਉਂਦਾ ਇੱਕ ਕਰੈਕਟਰ ਲਿਆ ਗਿਆ ਹੈ, ਔਰ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਿਲਮਾਇਆ ਗਿਆ ਸਭ ਟ੍ਰੇਲਰ ਦੇ ਵਿੱਚ ਦੇਖ ਚੁੱਕੇ ਨੇ, ਪਰ ਪੂਰੀ ਪਿਕਚਰ ਆਉਣੀ ਹੈ ਜੇ ਬਾਕੀ, ਜਿਸ ਨੂੰ ਲੈ ਕੇ ਲਗਾਤਾਰ ਰੋਸ ਜਤਾਇਆ ਜਾ ਰਿਹਾ। ਔਰ ਇਲਜ਼ਾਮ ਕੰਗਨਾ ਰਣੌਤ ਤੇ ਇਹੀ ਲਗਾਏ ਜਾਂਦੇ ਨੇ ਕਿ ਜਾਣ ਬੁੱਝ ਕੇ ਅਜਿਹਾ ਕੰਗਨਾ ਰਣੌਤ ਜਿਹੜਾ ਹੈ ਬਿਆਨ ਦਿੰਦੇ ਨੇ ਤਾਂ ਕਿ ਮਾਹੌਲ ਖਰਾਬ ਹੋਵੇ ਔਰ ਖਾਸ ਤੌਰ ਤੇ ਭੜਕਾਹਟ ਪੈਦਾ ਹੋਵੇ। ਇਹ ਲਗਾਤਾਰ ਇਲਜ਼ਾਮ ਕੰਗਨਾ ਰਣੌਤ ਤੇ ਲੱਗਦੇ ਆਏ ਨੇ। ਤਾਂ ਇੱਕ ਵਾਰ ਫਿਰ ਤੋਂ ਇੱਕ ਇੰਟਰਵਿਊ ਦੇ ਵਿੱਚ ਜੋ ਬਿਆਨ ਦਿੱਤਾ ਹੈ ਕੰਗਨਾ ਰਣੌਤ ਨੇ ਆਪਣੇ ਆਪ ਦੇ ਵਿੱਚ, ਅਸੀਂ ਕਹਿ ਸਕਦੇ ਹਾਂ ਇਸ ਤੇ ਸਵਾਲ ਖੜੇ ਹੋਣੇ ਜਿਹੜੇ ਨੇ ਉਹ ਸੰਭਵ ਨੇ, ਜਿਸ ਤਰੀਕੇ ਦੇ ਨਾਲ ਹੁਣੇ ਕਿਹਾ ਗਿਆ ਹੈ। ਕਿਉਂਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਜੇਕਰ ਭਾਰਤ ਦੀ ਸਰਕਾਰ ਹੁਣ ਕਮਜ਼ੋਰ ਹੁੰਦੀ ਤਾਂ ਫਿਰ ਕਿਸਾਨੀ ਅੰਦੋਲਨ ਦੇ ਦੌਰਾਨ ਬੰਗਲਾਦੇਸ਼ ਜਿਹੀ ਸਥਿਤੀ ਬਣ ਜਾਂਦੀ। ਬੰਗਲਾਦੇਸ਼ ਦੇ ਵਿੱਚ ਦੱਸ ਦਈਏ ਕਿ
1000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਕਾਫੀ ਹਾਲਾਤ ਉੱਥੇ ਖਰਾਬ ਹੋਏ ਨੇ। ਜਦੋਂ ਸ਼ੇਖ ਹਸੀਨਾ ਦਾ ਅਸਤੀਫਾ ਮੰਗਿਆ ਗਿਆ, ਬਹੁਤ ਹੀ ਜ਼ਿਆਦਾ ਮੰਦੇ ਹਾਲਾਤਾਂ ਦੇ ਵਿੱਚੋਂ ਬੰਗਲਾਦੇਸ਼ ਗੁਜ਼ਰਿਆ ਹੈ। ਤਾਂ ਇਸ ਤੋਂ ਬਾਅਦ ਹੁਣ ਬੰਗਲਾਦੇਸ਼ ਦੇ ਨਾਲ ਕੰਪੇਅਰ ਕਰਕੇ ਕੰਗਨਾ ਰਣੌਤ ਨੇ ਬਿਆਨ ਦਿੱਤਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਨੇ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ, ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ ਹੈ, ਔਰ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲੈਨਿੰਗ ਬਹੁਤ ਲੰਬੀ ਸੀ ਔਰ ਉਹ ਹੈਰਾਨ ਹੋ ਗਏ ਸਨ ਜਦੋਂ ਕਾਨੂੰਨ ਵਾਪਸ ਹੋਏ। ਤਾਂ ਜ਼ਿਕਰਯੋਗ ਹੈ, 1 ਸਾਲ ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਪੂਰੇ ਦੇਸ਼ ਦੇ ਕਿਸਾਨ, ਖਾਸ ਤੌਰ ਤੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਤੋਂ ਗਏ ਹੋਏ ਕਿਸਾਨ ਬਰੂਹਾਂ ਤੇ ਦਿੱਲੀ ਦੀਆਂ ਬੈਠੇ ਰਹੇ ਸਨ। ਉੱਥੇ ਟਰਾਲੀਆਂ ਦੇ ਵਿੱਚ ਉਹ ਸੌਂਦੇ ਸੀ, ਉੱਥੇ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਸਟੇਜ ਲਗਾਈ ਗਈ ਸੀ ਪ੍ਰੋਪਰ। ਫਿਰ ਉੱਥੇ ਬਹੁਤ ਸਾਰੇ ਲੋਕ ਜਾ ਕੇ ਲੰਗਰ ਲਗਾਉਂਦੇ ਹੋਏ ਵੀ ਨਜ਼ਰ ਆਏ। ਵੱਡੇ ਪੱਧਰ ਤੇ ਉਹ ਪ੍ਰਦਰਸ਼ਨ ਚੱਲਿਆ ਸੀ ਜਿਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ। ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ। ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਹੋਇਆ ਉਸ ਸਭ ਨੇ ਦੇਖਿਆ, ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ, ਉੱਥੇ ਰੇਪ ਹੋ ਰਹੇ ਸੀ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ। ਜਦ ਉਸ ਬਿੱਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ, ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ। ਉਹਨਾਂ ਦੇ ਸਮਾਂ ਰਹਿੰਦਿਆਂ ਕੰਟਰੋਲ ਪਾ ਲਿਆ ਗਿਆ, ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ। ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ। ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਹੋਇਆ ਉਸ ਸਭ ਨੇ ਦੇਖਿਆ, ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ, ਉੱਥੇ ਰੇਪ ਹੋ ਰਹੇ ਸੀ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ। ਜਦ ਉਸ ਬਿੱਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ, ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ। ਉਹਨਾਂ ਦੇ ਸਮਾਂ ਰਹਿੰਦਿਆਂ ਕੰਟਰੋਲ ਪਾ ਲਿਆ ਗਿਆ, ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ। ਪੰਜਾਬ 'ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ। ਉੜਤਾ ਪੰਜਾਬ ਜਿਹੀ ਫਿਲਮ 'ਚ ਉੱਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ। ਉੱਥੇ ਇਸ ਸਮੇਂ ਡਰੱਗਸ ਮਾਫੀਆ, ਧਰਮ ਪਰਿਵਰਤਨ ਕਰਾਉਣ ਵਾਲੇ ਗੈਂਗ ਅਤੇ ਖਾਲਿਸਤਾਨੀ ਸਮਰਥਕ ਖੂਬ ਵੱਧ ਰਹੇ ਨੇ। ਉੱਥੇ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਨੇ। ਉਹ ਮੇਰੀ ਫਿਲਮ ਦੇ ਖਿਲਾਫ ਗੱਲ ਕਰ ਰਹੇ ਨੇ, ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ। ਉਹ ਮੇਰੇ ਤੇ ਵਾਰ ਵਾਰ ਹਮਲੇ ਕਰ ਰਹੇ ਨੇ, ਕਿਉਂਕਿ ਮੈਂ ਉੱਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀ ਹਾਂ। ਪੰਜਾਬ 'ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ। ਉੜਤਾ ਪੰਜਾਬ ਜਿਹੀ ਫਿਲਮ 'ਚ ਉੱਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ। ਉੱਥੇ ਇਸ ਸਮੇਂ ਡਰੱਗਸ ਮਾਫੀਆ, ਧਰਮ ਪਰਿਵਰਤਨ ਕਰਾਉਣ ਵਾਲੇ ਗੈਂਗ ਅਤੇ ਖਾਲਿਸਤਾਨੀ ਸਮਰਥਕ ਖੂਬ ਵੱਧ ਰਹੇ ਨੇ। ਉੱਥੇ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਨੇ। ਉਹ ਮੇਰੀ ਫਿਲਮ ਦੇ ਖਿਲਾਫ ਗੱਲ ਕਰ ਰਹੇ ਨੇ, ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ। ਉਹ ਮੇਰੇ ਤੇ ਵਾਰ ਵਾਰ ਹਮਲੇ ਕਰ ਰਹੇ ਨੇ, ਕਿਉਂਕਿ ਮੈਂ ਉੱਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀ ਹਾਂ। ਤਾਂ ਇਹ ਦੂਜੀ ਸਟੇਟਮੈਂਟ ਵੀ ਤੁਹਾਨੂੰ ਸੁਣਵਾਈ ਹੈ ਜੋ ਫਿਲਮ ਦੇ ਵਿਰੋਧ ਤੇ ਅਸੀਂ ਕਹਿ ਸਕਦੇ ਹਾਂ ਕੰਗਨਾ ਰਣੌਤ ਔਖੀ ਹੋਈ ਹੈ। ਤਾਂ ਉਹਨਾਂ ਕਿਹਾ ਕਿ ਮੈਂ ਪੰਜਾਬ ਤੇ ਸੱਚ ਬੋਲਿਆ ਹੈ, ਇਸ ਲਈ ਵਿਰੋਧ ਹੁੰਦਾ ਹੈ ਮੇਰਾ। ਉੜਤਾ ਪੰਜਾਬ ਫਿਲਮ ਦਾ ਜ਼ਿਕਰ ਕੀਤਾ ਕੰਗਨਾ ਰਣੌਤ ਨੇ, ਜਿਸ ਦੇ ਵਿੱਚ ਨਸ਼ੇ ਨੂੰ ਲੈ ਕੇ ਸਾਰਾ ਕੁਝ ਦਿਖਾਇਆ ਗਿਆ ਸੀ ਪੰਜਾਬ ਦੇ ਸੰਬੰਧਤ, ਔਰ ਉਸ ਨੂੰ ਲੈ ਕੇ ਬੇਅਦ ਇਤਰਾਜ਼ ਵੀ ਉੱਠਿਆ ਸੀ ਕਿ ਉੜਤਾ ਪੰਜਾਬ ਜਿਹੀਆਂ ਫਿਲਮਾਂ ਬਦਨਾਮ ਕਰਦੀਆਂ ਨੇ ਪੰਜਾਬ ਨੂੰ। ਤਾਂ ਉੜਤਾ ਪੰਜਾਬ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਫਿਲਮ ਦੇ ਵਿੱਚ ਪੰਜਾਬ ਦੀ ਰਿਐਲਿਟੀ ਹੈ, ਕੰਗਨਾ ਰਣੌਤ ਦਾ ਇਹ ਮੰਨਣਾ ਹੈ, ਇਹ ਕਹਿਣਾ ਹੈ।
ਪੰਜਾਬ ਦੇ ਵਿੱਚ ਖਾਲਿਸਤਾਨ ਗੈਂਗ ਵੱਧ ਫੁੱਲ ਰਹੀ ਹੈ। ਕੰਗਨਾ ਦਾ ਇਹ ਵੀ ਕਹਿਣਾ ਹੈ, ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਨੇ। ਮੇਰੀ ਫਿਲਮ ਨੂੰ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ। ਤਾਂ ਅਸੀਂ ਕਿ ਐਮਰਜੈਂਸੀ ਮੂਵੀ ਜਿਸਦੇ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ, ਖਾਸ ਤੌਰ 'ਤੇ ਇਸ ਵੇਲੇ ਕੰਗਨਾ ਰਣੌਤ, ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ, ਨਾ ਸਿਰਫ SGPC ਬਲਕਿ ਜਥੇਦਾਰ ਸਾਹਿਬ ਦੇ ਵੱਲੋਂ ਬਾਕਾਇਦਾ ਇੱਕ ਚਿੱਠੀ ਲਿਖੀ ਗਈ ਹੈ। ਇਸ ਤੋਂ ਇਲਾਵਾ ਵੱਖੋ ਵੱਖ ਪਾਰਟੀਆਂ ਤਾਂ ਸਾਰਿਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ SGPC ਮੈਂਬਰ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਜਿੱਥੇ ਇੱਕ ਪਾਸੇ ਫਿਲਮ ਦਾ ਵਿਰੋਧ ਹੋ ਰਿਹਾ ਹੈ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਫਿਲਮ ਰਿਲੀਜ਼ ਇਸ ਤਰੀਕੇ ਦੇ ਨਾਲ ਨਹੀਂ ਹੋ ਸਕਦੀ ਜੋ ਇੰਨ ਬਿੰਨ ਬਣੀ ਹੈ, ਤਾਂ ਹੁਣ ਕੰਗਨਾ ਰਣੌਤ ਦੀ ਉਹਨਾਂ 'ਤੇ ਸਟੇਟਮੈਂਟ ਆਈ ਹੈ। ਉਹਨਾਂ ਦਾ ਕਹਿਣਾ ਕਿ ਮੈਂ ਪੰਜਾਬ 'ਤੇ ਹਮੇਸ਼ਾ ਸੱਚ ਬੋਲਿਆ, ਇਸ ਲਈ ਮੇਰਾ ਵਿਰੋਧ ਹੁੰਦਾ ਹੈ। ਔਰ ਖਾਸ ਤੌਰ 'ਤੇ ਫਿਲਮ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸੈਂਸਰ ਬੋਰਡ ਨੇ ਪਾਸ ਕੀਤਾ, ਤਾਂ ਫਿਰ ਇਤਰਾਜ਼ ਜਿਹੜਾ ਹੈ ਕਿਉਂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਨੇ। ਇਹ ਸਾਰੀਆਂ ਗੱਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ, ਖਾਸ ਤੌਰ 'ਤੇ ਫਿਲਮ ਨੂੰ ਲੈ ਕੇ ਵੀ ਕਿਹਾ ਕਿ ਸੈਂਸਰ ਬੋਰਡ ਨੇ ਪਾਸ ਕਰ ਦਿੱਤੀ ਤਾਂ ਫਿਰ ਕਿਉਂ ਇਤਰਾਜ਼ ਹੋ ਰਿਹਾ। ਦੇਖੋ, ਇਸ ਤਰ੍ਹਾਂ ਹੈ ਕਿ ਅੱਗੇ ਵੀ ਇਹ ਗੱਲ ਅਸੀਂ ਕਰ ਚੁੱਕੇ ਹਾਂ ਕਿ ਸਾਡਾ ਇਤਰਾਜ਼ ਕੰਗਨਾ ਦਾ ਤਾਂ ਪਤਾ ਹੀ ਹੈ। ਕੰਗਨਾ ਨੇ ਜਿਹੜੀ ਗੱਲ ਕਰਨੀ ਹੈ ਉਹਨੇ ਵਿਵਾਦਤ ਹੀ ਕਰਨੀ ਹੈ, ਪੰਜਾਬ ਵਿਰੋਧੀ ਕਰਨੀ ਹੈ, ਸਿੱਖ ਵਿਰੋਧੀ ਕਰਨੀ ਹੈ, ਕਿਸਾਨ ਵਿਰੋਧੀ ਕਰਨੀ ਹੈ। ਸਾਨੂੰ ਉਸਦੀ ਕਹੀ ਹੋਈ ਗੱਲ ਕੋਈ ਵੱਡੀ ਨਹੀਂ ਲੱਗ ਵੱਖਰੀ ਨਹੀਂ ਲੱਗ ਰਹੀ, ਕਿਉਂਕਿ ਉਹਦਾ ਡਿਊਟੀ ਆ, ਉਹਨੇ ਆਪਣਾ ਏਜੰਡਾ ਬਣਾਇਆ ਹੋਇਆ। ਮਸਲਾ ਤਾਂ ਸਾਡੇ ਲਈ ਇਹ ਹੈ ਕਿ ਜਿਹੜਾ ਸੈਂਸਰ ਬੋਰਡ ਆ ਉਹ ਕੀ ਕਰ ਰਿਹਾ। ਉਹ ਜੇ ਸੱਚ ਦਿਖਾਉਣ ਕਹਿੰਦੇ ਜੀ ਸੱਚ ਦਿਖਾ ਰਹੇ ਹਾਂ, ਤੇ ਸੱਚ ਦਿਖਾਉਣ ਦੀ ਜਿਹੜੀ ਗੱਲ ਕਰ ਰਹੇ ਹਾਂ, ਤੇ ਫਿਰ ਜਿਹੜੀ ਆਪਣੇ ਖਾਲਸਾ ਸਾਹਿਬ ਦੀ ਫਿਲਮ ਹੈ ਉਹ ਕੀ ਝੂਠ ਬੋਲ ਰਹੀ ਹੈ। ਸਾਡਾ ਰੌਲਾ ਹੀ ਇਹ ਆ ਕਿ ਇਸ ਦੇਸ਼ ਦੇ ਅੰਦਰ ਦੇਸ਼ ਦੀਆਂ ਸੰਸਥਾਵਾਂ ਜਿਹੜੀਆਂ ਕਿ ਸੱਤਾ ਦੇ ਬੈਠੇ ਲੋਕਾਂ ਦੇ ਪ੍ਰਭਾਵ ਅਧੀਨ ਜਿਹੜੇ ਕੰਮ ਕਰ ਰਹੀਆਂ ਨੇ, ਜਿਹੜੀਆਂ ਕਿ ਪੂਰੀ ਦੀ ਪੂਰੀ ਜਿਹੜੀ ਆ ਨਰਿੰਦਰ ਮੋਦੀ ਦੇ ਨਾਂ ਤੇ ਫਿਲਮ ਹੈ, ਅਟਲ ਦੇ ਨਾਂ ਤੇ ਫਿਲਮ ਹੈ, ਸਾਵਰਕਰ ਦੇ ਨਾਂ ਤੇ ਫਿਲਮ ਹੈ, ਕਸ਼ਮੀਰ ਫਾਈਲਸ ਆ, ਕੇਰਲਾ ਫਾਈਲਸ ਆ, ਇਹ ਸਾਰੀਆਂ ਫਿਲਮਾਂ ਨੂੰ ਉਹ ਸਕਰੀਨ ਚੜ ਦਿੰਦੀ ਆ ਤੇ ਲਾਉਣ ਦਿੰਦੀ ਆ। ਸਾਡਾ ਮਸਲਾ ਇਹ ਹੋਈ ਆ ਕਿ ਜਿਹੜਾ ਸੱਚਾਈ ਦਿਖਾ ਰਹੀ ਹੈ ਫਿਲਮ, ਉਹਨੂੰ ਤਾਂ ਬਿਆਨ ਕੀਤਾ ਜਾ ਰਿਹਾ। ਜਿਹੜੀ ਖਾਲੜਾ ਸਾਹਿਬ ਦੀ ਫਿਲਮ ਹੈ ਜਿਹਨੂੰ ਸੁਪਰੀਮ ਕੋਰਟ ਨੇ ਕਿਹਾ, ਸੁਪਰੀਮ ਕੋਰਟ ਨੇ ਦੱਸਿਆ ਕਿ ਖਾਲੜਾ ਨੇ ਜੋ ਖੋਜ ਕੀਤੀ ਆ, ਜੋ ਉਹਨੇ ਜਾਣਕਾਰੀ ਪ੍ਰਾਪਤ ਕੀਤੀ ਆ ਉਹ ਸਹੀ ਆ, ਉਹਨਾਂ ਲੋਕਾਂ ਨੂੰ ਮੁਆਵਜ਼ਾ ਦਵਾਇਆ ਸਰਕਾਰ ਤੋਂ। ਉਹ ਕੰਗਣਾ ਜਿਹੜੀ ਆ ਉਹ ਤਾਂ ਹੁਣ ਜਿਹੜੀ ਬੋਲੀ ਬੋਲ ਰਹੀ ਆ ਸਾਨੂੰ ਪਤਾ ਉਹ ਇੱਕ ਪਲੇਟਫਾਰਮ ਹੈ, ਜਿਸ ਪਲੇਟਫਾਰਮ ਤੇ ਵਿਵਾਦ ਪੈਦਾ ਕਰਕੇ ਉਹ ਪਾਰਲੀਮੈਂਟ ਦੇ ਵਿੱਚ ਪਹੁੰਚੀ ਆ। ਹੋ ਸਕਦਾ ਉਹ ਮੰਤਰੀਸ਼ਿਪ ਵਾਸਤੇ ਸਾਰਾ ਕੁਛ ਕਰ ਰਹੀ ਹੋਵੇ, ਇੱਕ ਵੱਡੀ ਨਫ਼ਰਤ ਪੈਦਾ ਕਰ ਰਹੀ ਆ, ਨਫ਼ਰਤ ਫੈਲਾ ਰਹੀ ਆ। ਬੇਸਿਕਲੀ ਗਰੇਵਾਲ ਸਾਹਿਬ ਦੇਖੋ, ਕੰਗਨਾ ਰਣੌਤ ਕਹਿ ਰਹੇ ਨੇ ਕਿ ਮੇਰੀ ਫਿਲਮ ਦਾ ਵਿਰੋਧ ਇਸ ਕਰਕੇ ਹੋ ਰਿਹਾ ਕਿਉਂਕਿ ਮੈਂ ਹਮੇਸ਼ਾ ਪੰਜਾਬ ਤੇ ਸੱਚ ਬੋਲਿਆ, ਇਸ ਲਈ ਮੇਰਾ ਵਿਰੋਧ ਹੁੰਦਾ ਹੈ। ਕਿਉਂਕਿ ਉਹਨਾਂ ਦਾ ਕਹਿਣਾ ਕਿ ਪੰਜਾਬ 'ਚ ਖਾਲਿਸਤਾਨ ਗੈਂਗ ਵੱਧ ਫੁੱਲ ਰਿਹਾ, ਉੜਦਾ ਪੰਜਾਬ ਜਿਹੜੀ ਫਿਲਮ ਬਣੀ ਸੀ ਉਸ ਦੇ ਵਿੱਚ ਰਿਐਲਿਟੀ ਦਿਖਾਈ ਹੈ ਪੰਜਾਬ ਦੀ, ਕਿਉਂਕਿ ਉੜਦਾ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਸਾਰਾ ਨਸ਼ੇ ਨੂੰ ਲੈ ਕੇ ਜ਼ਿਕਰ ਸੀ, ਤਾਂ ਇਸ ਕਰਕੇ ਉਹ ਕਹਿ ਰਹੇ ਨੇ ਕਿ ਉੱਥੇ ਕੁਝ ਲੋਕ ਕਾਨੂੰਨ ਨੂੰ ਹੱਥ 'ਚ ਲੈ ਰਹੇ ਨੇ, ਮੈਂ ਸੱਚ ਬੋਲਦੀ ਹਾਂ, ਇਸ ਕਰਕੇ ਮੇਰੀ ਫਿਲਮ ਦਾ ਵਿਰੋਧ ਹੋ ਰਿਹਾ। ਨਹੀਂ, ਇਹ ਤਾਂ ਚਲੋ, ਇਹ ਤਾਂ ਹੁਣ ਉਹ ਕਹੇਗੀ, ਕਿਉਂਕਿ ਵੇਖੋ ਗੱਲ ਇਹ ਆ, ਅਸੀਂ ਨਾ ਇਸ ਤੋਂ ਵੀ ਅੱਗੇ ਗੱਲ ਕਰਨੀ ਚਾਹੁੰਦੇ ਹਾਂ। ਹਰਿਆਣੇ ਦੇ ਵਿੱਚ ਵੋਟਾਂ ਨੇ, ਭਾਰਤੀ ਜਨਤਾ ਪਾਰਟੀ ਨੇ ਵੋਟ ਮੰਗਣੀ ਆ। ਜੇ ਇਹ ਕਿਸਾਨਾਂ ਦੇ ਬਾਰੇ 'ਚ ਉਸੇ ਲੈ 'ਚ ਉਸੇ ਰੌਂਗ 'ਚ ਜੇ ਬੋਲੇਗੀ ਤਾਂ ਸਿੱਖਾਂ ਦੇ ਬਾਰੇ ਬੋਲੇਗੀ, ਉਹਦਾ ਅਸਰ ਜਿਹੜਾ ਵਾ ਉਹ ਕੰਧ 'ਤੇ ਲਿਖਿਆ ਪੜ੍ਹ ਲਵੇ ਜਿਹੜੀ BJP, ਦਿਨ ਬਹੁਤ ਥੋੜੇ ਰਹਿ ਗਏ ਆ, ਉਹ ਇਸ ਨੂੰ ਲਗਾਮ ਦੇਵੇ। ਇਹ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਕਹਿ ਰਹੀ ਆ, ਬੰਗਲਾਦੇਸ਼ ਦੇ ਹਾਲਾਤ ਪੈਦਾ ਹੋਏ ਹੋਣੇ ਸੀ, ਇਹ ਕੰਗਨਾ ਰਣੌਤ ਕਰਕੇ ਇਸੇ ਹਾਲਾਤ ਦੇਸ਼ ਦੇ ਅੰਦਰ ਪੈਦਾ ਹੋਣਗੇ।
ਇਸ ਗੱਲ ਨੂੰ ਖਿਆਲ ਰੱਖੇ, ਇਸ ਗੱਲ ਨੂੰ ਗੰਭੀਰਤਾ ਨਾਲ ਲਵੇ, ਇਹਨੂੰ ਲਾਈਟਲੀ ਨਾ ਲਵੇ ਤੇ ਇਸ ਗੱਲ ਤੇ ਖੁਸ਼ੀ ਨਾ ਮਨਾਵੇ ਕਿ ਕਾਂਗਰਸ ਜਿਹੜੀ ਆ ਉਹ ਸਿੱਖਾਂ ਨੂੰ ਟ੍ਰੋਲ ਕਰ ਰਹੀ ਆ ਜਾਂ ਕਿਸਾਨਾਂ ਨੂੰ ਟ੍ਰੋਲ ਕਰ ਰਹੀ ਆ ਜਾਂ ਪੰਜਾਬੀਆਂ ਨੂੰ ਟ੍ਰੋਲ ਕਰ ਰਹੀ ਆ, ਬਹੁਤ ਵਾਹਵਾ ਲੈ ਰਹੇ ਨੇ। ਇਸ ਦਾ ਨਤੀਜਾ ਜਿਹੜਾ ਬੜੇ ਥੋੜੇ ਦਿਨਾਂ 'ਚ ਤੁਹਾਡੇ ਕੋਲ ਆ ਰਿਹਾ, ਕਿਉਂਕਿ ਗਰੇਵਾਲ ਸਾਹਿਬ ਦੇਖੋ ਇੱਕ ਪਾਸੇ ਤਾਂ ਕੰਗਨਾ ਇੱਕ ਅਦਾਕਾਰਾ ਨੇ ਔਰ ਦੂਜੇ ਪਾਸੇ ਉਹ ਇੱਕ ਸਿਆਸਤਦਾਨ ਵੀ ਨੇ, ਇਸ ਲਈ ਤਾਂ ਬਹੁਤ ਅਹਿਮ ਹੈ। ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਫੋਨ ਲਾਈਨ ਤੇ ਜੁੜਨ ਲਈ। ਤਾਂ ਮਨਜੀਤ ਸਿੰਘ ਰਾਏ ਸਾਡੇ ਨਾਲ ਕਿਸਾਨ ਆਗੂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਮਨਜੀਤ ਰਾਏ ਜੀ, ਕੰਗਨਾ ਰਣੌਤ ਦੀ ਸਟੇਟਮੈਂਟ ਆਈ ਹੈ ਔਰ ਉਹਨਾਂ ਨੇ ਫਿਰ ਤੋਂ ਇੱਕ ਇੰਟਰਵਿਊ ਦੇ ਦੌਰਾਨ ਇਹ ਜ਼ਿਕਰ ਕੀਤਾ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਉਹਨਾਂ ਦੇ ਮੁਤਾਬਿਕ ਕੀ ਕੁਛ ਹੋਇਆ ਹੈ ਔਰ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਦਾ ਕਹਿਣਾ ਕਿ ਰੇਪ ਹੋਏ ਨੇ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਔਰ ਬੰਗਲਾਦੇਸ਼ ਜਿਹੀ ਸਥਿਤੀ ਹੋ ਜਾਂਦੀ ਜੇਕਰ ਕੇਂਦਰ ਸਰਕਾਰ, ਮੌਜੂਦਾ ਸਰਕਾਰ ਸਿਆਣੀ ਨਾ ਹੁੰਦੀ, ਸਮਝਦਾਰ ਨਾ ਹੁੰਦੀ। ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਕਿਸਾਨ ਹੈਰਾਨ ਹੋ ਗਏ ਸੀ ਜਦੋਂ ਕਾਨੂੰਨ ਵਾਪਸ ਲਏ ਕਿਉਂਕਿ ਉਹਨਾਂ ਦੀ ਪਲੈਨਿੰਗ ਬਹੁਤ ਲੰਬੀ ਸੀ, ਕੁਝ ਹੋਰ ਸੀ। ਰਾਏ ਸਾਹਿਬ ਤੁਹਾਡੀ ਸ਼ਾਇਦ ਨੈਟਵਰਕ ਇਸ਼ੂ ਹੈ, ਆਵਾਜ਼ ਕਲੀਅਰ ਨਹੀਂ ਆ ਪਾ ਰਹੀ, ਦਰਸ਼ਕ ਪੂਰਾ ਨਹੀਂ ਸਮਝ ਪਾ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਬੇਨਤੀ ਹੈ ਥੋੜਾ ਰੇਂਜ 'ਚ ਜੇਕਰ ਆਇਆ ਜਾਵੇ। ਹਾਂਜੀ ਜੀ, ਥੋੜੀ ਡਿਸਟਰਬੈਂਸ ਤਾਂ ਹੈ ਜੀ। ਠੀਕ ਹੈ, ਮੈਂ ਰੋਕ ਰਹੀ ਹਾਂ ਤੁਹਾਨੂੰ, ਅਸੀਂ ਕੋਸ਼ਿਸ਼ ਦੁਬਾਰਾ ਕਰਦੇ ਹਾਂ ਤੁਹਾਡੇ ਨਾਲ ਜੁੜਨ ਦੀ ਫੋਨ ਲਾਈਨ ਤੇ ਤਾਂ ਕਿ ਪ੍ਰੋਪਰ ਸਹੀ ਗੱਲ ਹੋ ਸਕੇ ਕਿਉਂਕਿ ਬਹੁਤ ਅਹਿਮ ਇਸ ਵੇਲੇ ਸਟੇਟਮੈਂਟ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਔਰ ਸਵਾਲ ਖੜੇ ਕਰਦੀ ਅਸੀਂ ਕਹਿ ਸਕਦੇ ਹਾਂ ਸਟੇਟਮੈਂਟ ਹੈ ਕਿਉਂਕਿ ਕਿਸਾਨੀ ਅੰਦੋਲਨ ਇੱਕ ਸਾਲ ਤੋਂ ਜ਼ਿਆਦਾ ਸਮਾਂ ਚੱਲਿਆ, ਕਿਸ ਤਰੀਕੇ ਦੇ ਨਾਲ ਉੱਥੇ ਕਿਸਾਨ ਬੈਠੇ ਰਹੇ ਨੇ। ਮਸਲਾ ਸੀ ਕਾਨੂੰਨਾਂ ਦਾ, ਜਿਸ ਨੂੰ ਸਿਰਫ ਦੇਸ਼ ਪੱਧਰ ਤੇ ਅਸੀਂ ਕਹਿ ਲਈਏ ਕਿ ਸਿਆਸਤਦਾਨਾਂ ਨੇ ਸਿਰਫ ਇਸਦਾ ਵਿਰੋਧ ਕੀਤਾ, ਅਜਿਹਾ ਨਹੀਂ ਸੀ, ਬਲਕਿ ਵੱਖੋ ਵੱਖ ਜਿਹੜੇ ਲੋਕ ਨੇ ਤਬਕੇ ਦੇ, ਬੇਸ਼ੱਕ ਉਹ ਵਕੀਲ ਹੋਣ, ਬੇਸ਼ੱਕ ਉਹ ਅਦਾਕਾਰ ਹੋਣ, ਬੇਸ਼ੱਕ ਉਹ ਇੰਡਸਟਰੀ ਦੇ ਲੋਕ ਹੋਣ, ਸਭ ਦੇ ਵੱਲੋਂ ਉਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ, ਬਹੁਤ ਵੱਡੇ ਪੱਧਰ ਤੇ ਉਹ ਅੰਦੋਲਨ ਚੱਲਿਆ ਔਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਕਸੈਸਫੁਲ ਅੰਦੋਲਨ ਰਿਹਾ ਸੀਗਾ ਔਰ ਜਿਸ ਦਿਨ ਇਹ ਕਾਨੂੰਨ ਵਾਪਸ ਹੋਏ ਸਨ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਸਰਾਹਨਾ ਵੀ ਜ਼ਰੂਰ ਕੀਤੀ ਗਈ ਸੀ, ਪਰ ਕੁੱਲ ਮਿਲਾ ਕੇ ਪੂਰੇ ਸਿਰਫ ਦੇਸ਼ 'ਚ ਨਹੀਂ ਬਲਕਿ ਵਿਦੇਸ਼ਾਂ ਤੱਕ ਇਸਦੀ ਆਵਾਜ਼ ਸੀ ਔਰ ਉੱਥੋਂ ਵੀ ਵਿਦੇਸ਼ਾਂ ਤੋਂ ਲੋਕਾਂ ਨੇ ਸਪੋਰਟ ਕੀਤਾ। ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ, ਕਿਸ ਤਰੀਕੇ ਦੇ ਨਾਲ ਉੱਥੇ ਆਮ ਲੰਗਰ ਕਰ ਦਿੱਤੇ ਗਏ ਔਰ ਅਸੀਂ ਕਹਿ ਸਕਦੇ ਹਾਂ ਇਸ ਅੰਦੋਲਨ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਇਤਿਹਾਸ ਜ਼ਰੂਰ ਸਿਰਜਿਤ ਦਿੱਤਾ ਗਿਆ ਹੈ, ਇੱਕ ਲਿਖ ਦਿੱਤਾ ਗਿਆ ਹੈ ਜੋ ਅੰਦੋਲਨ ਚੱਲਿਆ ਸੀ। ਪਰ ਹੁਣ ਕਿਸਾਨਾਂ ਦੇ ਬਾਬਤ ਇਹ ਸਟੇਟਮੈਂਟ ਕੰਗਨਾ ਰਣੌਤ ਦੀ ਆਈ ਪੰਜਾਬ 'ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ। ਉੜਤਾ ਪੰਜਾਬ ਜਿਹੀ ਫਿਲਮ 'ਚ ਉੱਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ। ਉੱਥੇ ਇਸ ਸਮੇਂ ਡਰੱਗਸ ਮਾਫੀਆ, ਧਰਮ ਪਰਿਵਰਤਨ ਕਰਾਉਣ ਵਾਲੇ ਗੈਂਗ ਅਤੇ ਖਾਲਿਸਤਾਨੀ ਸਮਰਥਕ ਖੂਬ ਵੱਧ ਰਹੇ ਨੇ। ਉੱਥੇ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਨੇ। ਉਹ ਮੇਰੀ ਫਿਲਮ ਦੇ ਖਿਲਾਫ ਗੱਲ ਕਰ ਰਹੇ ਨੇ ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ। ਉਹ ਮੇਰੇ ਤੇ ਵਾਰ ਵਾਰ ਹਮਲੇ ਕਰ ਰਹੇ ਨੇ ਕਿਉਂਕਿ ਮੈਂ ਉੱਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀ ਹਾਂ। ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ। ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਹੋਇਆ ਉਹ ਸਭ ਨੇ ਦੇਖਿਆ ਹੈ, ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ, ਉੱਥੇ ਰੇਪ ਹੋ ਰਹੇ ਸੀ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ।
ਜਦ ਉਸ ਬਿੱਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ। ਉਹਨਾਂ ਦੇ ਸਮਾਂ ਰਹਿੰਦਿਆਂ ਕੰਟਰੋਲ ਪਾ ਲਿਆ ਗਿਆ, ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ। ਸਟੇਟਮੈਂਟ ਹੈ ਔਰ ਸਟੇਟਮੈਂਟ ਨੂੰ ਲੈ ਕੇ SGPC ਮੈਂਬਰ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦਾ ਬਿਆਨ ਜਿਹੜਾ ਹੈ ਉਹ ਦੇਣਾ ਆਮ ਹੈ। ਤਾਂ ਹਰਜੀਤ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਬੀਜੇਪੀ ਆਗੂ ਨੇ। ਗਰੇਵਾਲ ਸਾਹਿਬ, ਕੰਗਨਾ ਰਣੌਤ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀਆਂ ਗਈਆਂ ਨੇ, ਇੱਕ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹਿੰਸਕ ਸੀ ਕਿਸਾਨ, ਬਹੁਤ ਕੁਛ ਉੱਥੇ ਹੋ ਰਿਹਾ ਸੀ, ਰੇਪ ਹੋ ਰਹੇ ਸਨ, ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ, ਸਮਾਂ ਰਹਿੰਦੇ ਉਹਨਾਂ ਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਬਹੁਤ ਕੁਛ ਹੋ ਸਕਦਾ ਸੀ। ਦੂਜਾ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਹੈ ਉਹ ਜੋ ਉੜਤਾ ਪੰਜਾਬ ਫਿਲਮ ਆਈ ਉਸ ਦੇ ਵਿੱਚ ਸਹੀ ਰਿਪ੍ਰੈਜ਼ੈਂਟ ਕੀਤਾ ਗਿਆ, ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ, ਤਾਂ ਐਮਰਜੈਂਸੀ ਮੂਵੀ ਨੂੰ ਲੈ ਕੇ ਵਿਰੋਧ ਹੋਇਆ, ਉਸ ਨੂੰ ਲੈ ਕੇ ਵੀ ਸਟੇਟਮੈਂਟ ਦਿੱਤੀ ਹੈ। ਕਿਵੇਂ ਵੇਖਾਂਗੇ ਇਸ ਸਾਰੀ ਸਟੇਟਮੈਂਟ ਨੂੰ, ਕਿਉਂਕਿ ਪਹਿਲਾਂ ਤੋਂ ਹੀ ਕੰਗਨਾ ਰਣੌਤ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਹਮੇਸ਼ਾ ਭੜਕਾਊ ਸਟੇਟਮੈਂਟਸ ਦਿੰਦੇ ਨੇ, ਖਾਸ ਤੌਰ ਤੇ ਪੰਜਾਬ ਦੇ ਲਈ? ਦੇਖੋ, ਮੈਂ ਜੋ ਸਮਝਦਾ ਕਿ ਕੰਗਨਾ ਰਣੌਤ ਅੱਗ ਨਾਲ ਖੇਡ ਰਹੀ ਹੈ, ਇਹ ਠੀਕ ਆ, ਕੁਛ ਗੱਲਾਂ ਉਹਦੀਆਂ ਸਹੀ ਵੀ ਹੋ ਸਕਦੀਆਂ ਨੇ, ਪਰ ਸੱਚ ਵੀ ਸਮੇਂ ਦੇ ਮੁਤਾਬਕ ਬੋਲਣਾ ਹੁੰਦਾ, ਔਰ ਸਰਕਾਰ ਦੇ ਲਈ ਸਮੱਸਿਆਵਾਂ ਖੜੀਆਂ ਕਰਨੀਆਂ, ਔਰ ਇਸ ਵੇਲੇ ਪੰਜਾਬ ਜਿਹੜਾ ਉਹ ਵੀ ਅੱਗ ਦੇ ਢੇਰ ਤੇ ਆ, ਪੰਜਾਬ ਸਰਕਾਰ ਨੂੰ ਵੀ ਇਸ ਦਾ ਧਿਆਨ ਰੱਖਣਾ ਪਊਗਾ, ਔਰ ਸਾਨੂੰ ਬੋਲਣ ਵਾਲੇ ਬੰਦਿਆਂ ਨੂੰ ਵੀ ਧਿਆਨ ਰੱਖਣਾ ਪਊਗਾ। ਮਾਮੂਲੀ ਗੱਲ ਨਾਲ ਨੁਕਸਾਨ ਹੋ ਜਾਂਦਾ। ਨਹੀਂ, ਤੁਸੀਂ ਨਿਖੇਧੀ ਕਰਦੇ ਹੋ ਗਰੇਵਾਲ ਸਾਹਿਬ, ਕੰਗਨਾ ਰਣੌਤ ਉਹਨਾਂ ਨੇ ਜੋ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਸੱਚ ਸਮੇਂ ਦੇ ਮੁਤਾਬਿਕ ਬੋਲਣਾ ਚਾਹੀਦਾ, ਤੁਹਾਨੂੰ ਲੱਗਦਾ ਇਹ ਸੱਚ ਹੈ? ਇਹ ਸਮਾਂ ਨਹੀਂ ਹੈਗਾ ਜੋ ਬੋਲ ਰਹੀ ਹੈ, ਮੈਂ ਸੱਚ ਜਾਂ ਝੂਠ 'ਚ ਜਾਣਾ ਹੀ ਨਹੀਂ ਚਾਹੁੰਦਾ ਇਸ ਵੇਲੇ, ਕਿਉਂਕਿ ਮੈਂ ਬਹੁਤ ਭੁਗਤ ਭੋਗੀ ਹਾਂ ਇਸ ਦਾ, ਔਰ ਮੈਂ ਆਪਦੀ ਜਦੋਂ ਮੇਰੀ ਸਰਕਾਰ ਲਈ, ਮੇਰੇ ਲੀਡਰ ਲਈ ਸਟੈਂਡ ਲੈਣ ਦੀ ਜ਼ਰੂਰਤ ਸੀ, ਮੈਂ ਉਸ ਵੇਲੇ ਲਿਆ, ਪਰ ਹਰ ਵਾਰ ਇੱਦਾਂ ਦੀ ਗੱਲ ਜਿਹਦੇ ਨਾਲ ਜਦੋਂ ਗੱਲ ਖਤਮ ਹੋ ਗਈ ਹੈ ਉਸ ਗੱਲ ਨੂੰ ਫਿਰ ਦੁਬਾਰਾ ਭੜਕਾਉਣਾ, ਇਹਦਾ ਕੀ ਮਤਲਬ ਮਕਸਦ ਹੈਗਾ, ਕਿ ਉਹ ਕੀ ਕਰਨਾ ਚਾਹੁੰਦੇ ਨੇ? ਔਰ ਉਹਨਾਂ ਦੀ ਫਿਲਮ ਵੀ ਇਸ ਵੇਲੇ ਵਿਵਾਦਾਂ 'ਚ ਆ ਗਈ ਹੈ। ਕਈ ਵਾਰ ਕੀ ਹੁੰਦਾ ਕਿ ਉਹਨਾਂ ਨੇ ਫਿਲਮ ਸਹੀ ਬਣਾਈ ਜਾਂ ਗਲਤ ਬਣਾਈ, ਇਹ ਨਹੀਂ ਹੈ, ਜਦੋਂ ਪੂਰੀ ਕੌਮ ਹੀ ਇਸ ਗੱਲ 'ਤੇ ਖੜੀ ਹੋ ਗਈ ਕਿ ਵੀ ਇਹ ਕਿਉਂ ਬੋਲ ਰਹੇ ਨੇ, ਕਿਉਂ ਇੱਦਾਂ ਦਾ ਕੁਛ ਦਿਖਾਇਆ ਜਾ ਰਿਹਾ, ਅਤੇ ਉਸ ਦੇ ਲਈ ਗੱਲ ਕਰਨੀ, ਮੇਰਾ ਖਿਆਲ ਆ ਵੀ ਇਹ ਇੱਕ ਕਲਾਕਾਰ ਵੀ ਨੇ, ਕਲਾਕਾਰਾਂ ਲਈ ਵੀ ਇਹ ਠੀਕ ਨਹੀਂ ਹੁੰਦਾ। ਔਰ ਮੈਂ ਸਮਝਦਾ ਕਿ ਉਹਨੂੰ ਆਪਣੇ ਜੋ ਕਰ ਰਹੇ ਨੇ ਉਹਦੇ ਦੁਬਾਰਾ ਗੱਲ ਕਰਨੀ ਚਾਹੀਦੀ, ਆਪਣੇ ਆਪ ਨੂੰ ਵਧਾਉਣ ਲਈ, ਆਪਣੇ ਆਪ ਦਾ ਨਾਮ ਕਰਨ ਦੇ ਲਈ, ਇਹ ਪੂਰੇ ਦੇਸ਼ ਦਾ, ਪੂਰੇ ਸੂਬੇ ਦਾ ਨੁਕਸਾਨ ਕਰਨਾ, ਇਹ ਬਾਰਡਰ ਸਟੇਟ ਆ, ਇਹ ਮੈਂ ਇਸ ਨੂੰ ਅੱਛਾ ਨਹੀਂ ਮੰਨਦਾ, ਠੀਕ ਹੈ ਨਾ। ਨਾ ਮੇਰੀ ਪਾਰਟੀ ਦੀ ਕੋਈ ਐਸੀ ਨੀਤੀ ਹੈ, ਨਾ ਮੇਰੀ ਪਾਰਟੀ ਐਸਾ ਕੁਛ ਕਰਨਾ ਚਾਹੁੰਦੀ ਹੈ, ਨਾ ਤਾਂ ਅਸੀਂ ਕਿਸੇ ਦੇ ਧਾਰਮਿਕ ਮਾਮਲਿਆਂ 'ਚ ਕੋਈ ਦਖਲ ਦਿੰਦੇ ਹਾਂ। ਭਾਰਤੀ ਜਨਤਾ ਪਾਰਟੀ ਕਿਸੇ ਵੀ ਧਰਮ ਦੇ ਮਾਮਲਿਆਂ 'ਚ ਦਖਲ ਨਹੀਂ, ਔਰ ਭਾਰਤੀ ਜਨਤਾ ਪਾਰਟੀ ਕਿਸਾਨ ਦੀ ਹਿੱਤੂ ਪਾਰਟੀ ਹੈ, ਔਰ ਮੋਦੀ ਜੀ ਕਿਸਾਨ ਹਿੱਤੂ ਪ੍ਰਧਾਨ ਮੰਤਰੀ। ਜੁੜਿਆ ਸਵਾਲ ਹੈ, ਦੇਖੋ ਗਰੇਵਾਲ ਸਾਹਿਬ, ਅਸੀਂ ਅਕਸਰ ਦੇਖਿਆ ਕਿ ਕਈ ਵਾਰ ਕਾਂਗਰਸ ਦੇ ਵਿੱਚ ਵੀ ਹੁੰਦਾ ਹੈ, ਕਿਉਂਕਿ ਨੈਸ਼ਨਲ ਪਾਰਟੀ ਹੈ, ਬਹੁਤ ਵਾਰ ਸਟੇਟਮੈਂਟ ਆਪਣੇ ਲੈਵਲ ਤੇ, ਜਿਵੇਂ ਹੁਣ ਚਰਨਜੀਤ ਚੰਨੀ ਉਹਨਾਂ ਨੇ ਦਿੱਤੀ ਸੀ ਸੰਸਦ ਦੇ ਵਿੱਚ ਦਿੱਤੀ ਸੀ, ਪਰ ਪੂਰੀ ਪਾਰਟੀ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹਨਾਂ ਦਾ ਨਿੱਜੀ ਬਿਆਨ ਹੈ, ਉਹ ਉਸ ਸਮੇਂ ਉਹ ਆਪਣੀ ਗੱਲ ਰੱਖਦੇ ਹੋਏ ਪੂਰੀ ਬੇਬਾਕੀ ਦੇ ਨਾਲ ਨਜ਼ਰ ਆਏ ਨੇ। ਤਾਂ ਹੁਣ ਲੱਗਦਾ ਤੁਹਾਨੂੰ ਕਿ ਅਜਿਹੀ ਸਟੇਟਮੈਂਟਸ ਤੇ ਪਾਰਟੀ ਆਪਣੇ ਪੱਧਰ ਤੇ ਕੋਈ ਫੈਸਲਾ ਕਰਦੀ ਹੈ, ਜਾਂ ਫਿਰ ਕੋਈ ਵੀ ਇਸ ਅਜਿਹੀ ਸਟੇਟਮੈਂਟ ਦਵੇ ਕਿ ਕੰਗਨਾ ਰਣੌਤ ਆਪਣੀ ਨਿੱਜੀ رائے ਦੇ ਰਹੇ ਨੇ? ਇਹ ਉਹਨਾਂ ਦੀ ਕੰਗਨਾ ਰਣੌਤ ਦੀ ਨਿੱਜੀ رائے ਆ, ਇੱਕ ਕਲਾਕਾਰ ਦੀ رائے ਆ, ਉਹ ਆਪਣੇ ਤੌਰ ਤੇ ਜੋ ਕਹਿਣਾ ਚਾਹੁੰਦੇ ਆ ਕਹਿ ਰਹੇ ਆ, ਪਰ ਮੈਂ ਇਹ ਕਹਿਣਾ ਕਿ ਇਸ ਵੇਲੇ ਨਾ ਤਾਂ ਇਹ ਸਮਾਂ ਹੈਗਾ, ਨਾ ਇਸ ਚੀਜ਼ ਦੀ ਜ਼ਰੂਰਤ ਆ,
ਇਸ ਵੇਲੇ ਪੰਜਾਬ ਜਿਹੜਾ ਵਿਕਾਸ ਵਾਲੇ ਪਾਸੇ ਨੂੰ ਵਧੇ, ਸਾਰੇ ਧਰਮਾਂ ਦਾ ਪ੍ਰੇਮ ਆਪਸ 'ਚ ਰਹੇ। ਅਸੀਂ ਇਹਨਾਂ ਗੱਲਾਂ ਲਈ ਇਹ ਨਹੀਂ ਕਰਨਾ ਹੈਗਾ ਔਰ ਇਹ ਕੋਈ ਅੱਛੀ ਗੱਲ ਨਹੀਂ ਹੈ ਮੇਰੇ ਹਿਸਾਬ ਨਾਲ ਤਾਂ। ਮੈਂ ਤਾਂ ਇਹੀ ਕਹਿਣਾ ਕਿ ਇਸ ਵੇਲੇ ਕੰਗਣਾ ਰਣੌਤ ਨੂੰ ਪਰਹੇਜ਼ ਰੱਖਣਾ ਚਾਹੀਦਾ, ਹਰ ਵਿਅਕਤੀ ਨੂੰ ਰੱਖਣਾ ਚਾਹੀਦਾ। ਉਹ ਹੁਣ ਤਾਂ ਮੈਂਬਰ ਪਾਰਲੀਮੈਂਟ ਨੇ, ਇੱਕ ਕਲਾਕਾਰ ਨੇ, ਔਰ ਮੈਂਬਰ ਪਾਰਲੀਮੈਂਟ ਜਦੋਂ ਉਹ ਬਣ ਗਏ ਨੇ ਤਾਂ ਉਹਨਾਂ ਦੀ ਰਿਸਪੋਂਸੀਬਿਲਿਟੀ ਬਹੁਤ ਜ਼ਿਆਦਾ ਵੱਧ ਗਈ ਆ। ਸੱਚ ਵੀ ਕੋਈ ਗੱਲ ਹੋਵੇ ਉਸ ਨੂੰ ਵੀ ਬੋਲਣਾ ਹੋਵੇ, ਉਹ ਉਸ ਮੌਕੇ ਤੇ ਨਹੀਂ ਬੋਲਿਆ ਜਾਂਦਾ ਜਦੋਂ ਕੋਈ ਐਸੀ ਸਥਿਤੀ ਹੋਵੇ। ਪੰਜਾਬ ਜਿਹੜਾ ਉਹਦੇ ਵਿਕਾਸ ਵਾਲੇ ਪਾਸੇ ਸਾਨੂੰ ਚੱਲਣਾ ਚਾਹੀਦਾ, ਉਹਦੇ ਆਪਸੀ ਪ੍ਰੇਮ ਤੇ ਭਾਈਚਾਰਕ ਸਾਂਝ ਬਣ ਕੇ ਬਣੀ ਰਹਿਣੀ ਚਾਹੀਦੀ ਆ। ਉਹੀ ਜੋ ਗੁਰੂ ਨਾਨਕ ਦੇਵ ਨੇ ਸਾਨੂੰ ਸਿਖਾਇਆ ਇੱਥੋਂ ਦੇ ਲੋਕ। ਪਰ ਜਿਹੜੀਆਂ ਗੱਲਾਂ ਦੇਖੋ ਗਰੇਵਾਲ ਸਾਹਿਬ, ਕੌੜੀਆਂ ਗੱਲਾਂ ਮੈਂ ਸਿੱਧਾ ਕਹਾਂਗੀ, ਕਿਸਾਨਾਂ ਦੇ ਬਾਰੇ ਬੋਲੀਆਂ ਗਈਆਂ ਨੇ ਕਿ ਉੱਥੇ ਰੇਪ ਹੋਏ ਨੇ, ਉੱਥੇ ਮਾਹੌਲ ਖਰਾਬ ਹੋਇਆ, ਹਿੰਸਕ ਹੋਏ ਨੇ ਕਿਸਾਨ ਆਗੂ, ਔਰ ਹੈਰਾਨ ਹੋ ਗਏ ਸੀ ਜਦੋਂ ਕਾਨੂੰਨ ਵਾਪਸ ਲਏ ਕਿਉਂਕਿ ਉਹਨਾਂ ਦੀ ਤਾਂ ਕੁਝ ਹੋਰ ਤਰਕੀਬ ਸੀ। ਤੁਹਾਨੂੰ ਲੱਗਦਾ ਹੈ, ਇੱਕ ਬਤੌਰ ਪੰਜਾਬੀ ਹੋਣ ਦੇ ਨਾਤੇ ਵੀ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗੀ, ਕਿਉਂਕਿ ਉਸ ਸਮੇਂ ਤੁਸੀਂ ਪੂਰਾ ਜ਼ਿਕਰ ਵੀ ਕੀਤਾ ਕਿ ਕਿਵੇਂ ਡਟ ਕੇ ਗੱਲ ਰੱਖੀ ਸੀ, ਠੀਕ ਹੈ, ਪਾਰਟੀ ਲੈਵਲ ਤੇ ਗੱਲ ਰੱਖੀ ਤੁਸੀਂ, ਤਾਂ ਤੁਹਾਨੂੰ ਲੱਗਦਾ ਅਜਿਹਾ ਕੁਝ ਹੈ ਔਰ ਹੁਣ ਵਾਰ ਵਾਰ ਅਜਿਹੀ ਚੀਜ਼ਾਂ ਨੂੰ ਵਾਰ ਵਾਰ ਕਹਿਣਾ? ਦੇਖੋ ਐਸਾ ਮੈਂ ਉਸ ਚੀਜ਼ ਤੇ ਬਹੁਤਾ ਜਾਣਾ ਨਹੀਂ ਚਾਹੁੰਦਾ, ਪਰ ਭੈਣ ਮੇਰੀ ਇੱਕ ਗੱਲ ਸੁਣ, ਮੇਰੀ ਉਸ ਵੇਲੇ ਫਸਲ ਉਖਾੜ ਸੀ, ਠੀਕ ਹੈ, ਬੱਤੀ ਸਾਰੀ, ਔਰ ਮੇਰੇ ਘਰ ਤੇ ਵੀ ਹਮਲੇ ਹੋਏ, ਪਰਿਵਾਰ ਤੇ ਵੀ ਹੋਏ, ਮੇਰੇ ਸਾਥੀਆਂ ਤੇ ਵੀ ਹੋਏ, ਉਹ ਸਾਰਾ ਕੁਛ ਹੋਇਆ। ਉਹ ਇੱਕ ਅਸੀਂ ਉਸ 'ਚ ਜਾਣਾ ਹੀ ਨਹੀਂ ਚਾਹੁੰਦੇ, ਉਹ ਸਾਡੇ ਆਪਣੇ ਸੀ। ਮੋਦੀ ਜੀ ਨੇ ਸਾਨੂੰ ਇੱਕੋ ਹੀ ਗੱਲ ਸਿਖਾਈ ਸੀ ਕਿ ਤੁਹਾਨੂੰ ਉਹ ਤੁਹਾਡੇ ਤੇ ਹਮਲਾ ਕਰ ਦੇਣ, ਤੁਹਾਨੂੰ ਮਾਰਨ ਪਿੱਟਣ, ਉਹ ਆਪਣੇ ਨੇ, ਅਸੀਂ ਉਹਨਾਂ ਤੇ ਨਾ ਕੋਈ ਲਾਠੀ ਚੱਕਣੀ ਹੈ ਨਾ ਕੋਈ ਡੰਡਾ ਚੱਕਣਾ। ਸ਼ਾਇਦ ਤੁਹਾਡੇ ਤੋਂ ਬਿਹਤਰ ਤਾਂ ਫਿਰ ਕੋਈ ਐਗਜ਼ਾਮਪਲ ਹੋ ਨਹੀਂ ਸਕਦੀ ਗਰੇਵਾਲ ਸਾਹਿਬ, ਤੁਸੀਂ ਬਹੁਤ ਸਮਝਦਾਰੀ ਦੇ ਨਾਲ ਕੰਮ ਲਿਆ। ਨਹੀਂ, ਸਮਝਦਾਰੀ ਨਾਲ ਨਹੀਂ, ਸਾਡੀ ਪਾਲਿਸੀ ਵੀ ਇਹੀ ਆ, ਸਾਡੀ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਆ, ਅਸੀਂ ਉਹਨਾਂ ਨਾਲ ਕੋਈ ਝਗੜਾ ਨਹੀਂ ਕਰਨਾ, ਉਹ ਸਾਡੇ ਆਪਣੇ ਨੇ। ਜੇ ਗੁੱਸਾ ਵੀ ਹੁੰਦਾ ਤਾਂ ਆਪਣੇ ਤੇ ਹੀ ਹੁੰਦਾ ਨਾ। ਹੁਣ ਪਰਿਵਾਰ ਦੇ ਅੰਦਰ ਜੇ ਅਸੀਂ ਹੋਈਏ ਤੇ ਸਾਡੇ ਤੇ ਕੋਈ ਗੁੱਸਾ ਕਰੇ, ਪਰਿਵਾਰ ਦਾ ਬੰਦਾ ਕਰ ਸਕਦਾ, ਕੋਈ ਗਲਤੀ ਸਾਡੇ ਕੋਲੋਂ ਵੀ ਹੋ ਸਕਦੀ ਹੈ, ਪਰਿਵਾਰ ਇੱਦਾਂ ਥੋੜਾ ਚੱਲਦੇ ਆ, ਇਸ ਤਰ੍ਹਾਂ ਹੀ ਸੂਬਾ, ਇਸ ਤਰ੍ਹਾਂ ਹੀ ਦੇਸ਼ ਆ। ਮੈਂ ਕੰਗਣਾ ਰਣੌਤ ਨੂੰ ਇੱਕੋ ਹੀ ਪ੍ਰਾਰਥਨਾ ਕਰਦਾ ਕਿ ਇਸ ਤੋਂ ਪਰਹੇਜ਼ ਕਰੇ, ਇਸ ਤੋਂ ਪਰਹੇਜ਼ ਕਰੇ, ਔਰ ਬਹੁਤ ਸੰਯਮ ਵਰਤਣ ਦੀ ਜ਼ਰੂਰਤ ਹੈ ਇਹਦੇ 'ਚ, ਔਰ ਇਸ ਤਰ੍ਹਾਂ ਦਾ ਕੰਮ ਨਾ ਕਰੇ, ਕਿਉਂਕਿ ਇਹਦੇ ਨਾਲ ਕਈ ਵਾਰ ਕੀ ਹੁੰਦਾ ਕਿ ਹੁਣ ਬਹੁਤ ਸਾਰੇ ਲੋਕ, ਮੈਂ ਮੇਰੀ ਗੱਲ ਸੁਣੋ, ਮੈਂ ਅੱਜ ਭਿੰਡਰਾਂ ਵਾਲੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈਗਾ, ਪਰ ਮੈਨੂੰ ਉਹਨਾਂ ਦਾ ਅਪਮਾਨ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਤੁਸੀਂ ਆਪਣੀ ਵਿਚਾਰ ਆਪਣੇ ਅੰਦਰ ਰੱਖੋ, ਤੇ ਤੁਸੀਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬੋਲਦੇ ਆ, ਕਿਉਂ ਬੋਲਦੇ ਆ? ਇਹ ਤਾਂ ਫਿਲਮ ਨੂੰ ਜਾਣ ਬੁੱਝ ਕੇ ਕੰਟਰੋਵਰਸ਼ੀਅਲ ਬਣਾ ਰਹੀ ਹੈ ਆਪਣੀ ਨੂੰ, ਕਿ ਸਾਰਾ ਸਿੱਖ ਜਗਤ ਖਿਲਾਫ ਹੋ ਜਾਏਗਾ, ਸੜਕਾਂ ਤੇ ਆ ਜਾਏਗਾ, ਫਿਰ ਕੀ ਹੋਏਗਾ? ਫਿਰ ਸੈਂਸਰ ਬੋਰਡ ਵੀ ਕੀ ਕਰੇਗਾ ਤੇ ਸਰਕਾਰ ਵੀ ਕੀ ਕਰੇਗੀ? ਇਹ ਨਹੀਂ ਕਰਨਾ ਚਾਹੀਦਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਨਿਊਜ਼ 18 ਦੇ ਨਾਲ ਗੱਲਬਾਤ ਕਰਨ ਲਈ। ਤਾਂ ਕੁੱਲ ਮਿਲਾ ਕੇ ਕੰਗਣਾ ਰਣੌਤ ਦੇ ਵੱਲੋਂ ਤਾਂ ਕਿਸਾਨਾਂ ਨੂੰ ਲੈ ਕੇ ਸਟੇਟਮੈਂਟ ਜੋ ਦਿੱਤੀ ਗਈ ਹੈ, ਔਰ ਦੂਸਰੀ ਜਿਹੜੀ ਸਟੇਟਮੈਂਟ ਹੈ ਉਹ ਦਿੱਤੀ ਗਈ ਹੈ ਪੰਜਾਬ ਦੇ ਸੰਬੰਧਤ। ਤਾਂ ਮਨਜੀਤ ਰਾਏ ਹੋਰੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਰਾਏ ਸਾਹਿਬ, ਜੇਕਰ ਆਵਾਜ਼ ਕਲੀਅਰ ਆ ਪਾ ਰਹੀ ਹੈ ਤਾਂ ਜਾਣਨਾ ਚਾਹਾਂਗੇ ਤੁਹਾਡੇ ਤੋਂ, ਜੋ ਕਿਸਾਨਾਂ ਦੇ ਬਾਰੇ ਕੰਗਣਾ ਰਣੌਤ ਨੇ ਬੋਲਿਆ ਹੈ। ਦੇਖੋ, ਇਹ ਕੰਗਣਾ ਰਣੌਤ ਜਿਹੜੀ ਹੈ ਉਹ ਪਹਿਲਾਂ ਤੋਂ ਵਿਵਾਦਿਤ ਬਿਆਨ ਦੇਣ ਦੇ ਵਿੱਚ ਮਸ਼ਹੂਰ ਹੈ, ਭਾਵੇਂ ਇੰਡਸਟਰੀ 'ਚ ਹੋਵੇ, ਉਹ ਭਾਵੇਂ ਕਿਸੇ ਹੋਰ ਕਿੱਤੇ 'ਚ ਹੋਵੇ, ਔਰ ਜਿਹੜੀਆਂ ਆਪਣੀਆਂ ਫੋਟੋਆਂ ਦੌਲਤ ਨਾਲ ਆਉਂਦੀਆਂ ਹੋਣ, ਉਹ ਦੇਸ਼ ਦੇ ਲੋਕਾਂ ਨੂੰ ਆਤੰਕਵਾਦੀ ਖਾਲਿਸਤਾਨੀ ਕਹਿਣ ਦੀ ਉਹ ਕਿਉਂ ਚੁੱਪ ਕਰਦੀ ਹੈ? ਉਹਦੇ ਮਗਰ ਜਿਹੜੀ ਭਾਰਤ ਸਰਕਾਰ ਬੈਠੀ ਹੈ ਉਹ ਜਾਣ ਪੁੱਛ ਕੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰਦੇ ਨੇ, ਉਹ ਸਾਡੇ ਸਿੱਖਾਂ ਤੇ ਟ੍ਰੋਲ ਕਰਦੀ ਹੈ, ਫਿਰ ਕਿਸਾਨਾਂ ਤੇ ਕਰਦੀ ਹੈ।
ਸੋ ਕਿਸਾਨਾਂ ਨੇ ਜਿਹੜਾ ਦੇਸ਼ ਦਾ ਅੰਨ ਭੰਡਾਰ ਭਰ ਰਿਹਾ, ਜਿਹੜਾ ਪੀਸਫੁਲੀ ਇੱਕ ਸਾਲ 13 ਦਿਨ ਅੰਦੋਲਨ ਪਹਿਲਾਂ ਲੜਿਆ ਔਰ ਜਦੋਂ ਸਰਕਾਰ ਨੇ ਗੱਲ ਮੰਨ ਲਈ ਪੀਸਫੁਲੀ ਵਾਪਸ ਘਰਾਂ ਨੂੰ ਆ ਗਿਆ, ਕੋਈ ਹੜਦੰਗ ਨਹੀਂ ਮਚਾਇਆ, ਉਲਟਾ ਉੱਥੇ ਦੇ ਲੋਕਾਂ ਨਾਲ ਪਿਆਰ ਪਿਆ, ਜਿਹੜੇ ਲੋਕ ਉੱਥੋਂ ਲੰਗਰ ਛਕਦੇ ਸੀ, ਜਿਹੜੀਆਂ ਬੱਚੀਆਂ ਧੀਆਂ ਸਾਡੀਆਂ ਦਾ ਉਸ ਏਰੀ 'ਚ ਨਿਕਲਣਾ ਦੁਰਬਲ ਹੋਇਆ ਸੀ ਪਹਿਲਾਂ ਸਾਡੇ ਜਾਣ ਤੋਂ, ਉਹ ਬੇਖੌਫ ਹੋ ਕੇ ਜਾਂਦੇ ਸਨ ਵੀ ਸਿੱਖ ਭਾਈਚਾਰਾ ਆ ਕੇ ਬੈਠਾ ਪੰਜਾਬ ਦਾ ਜ਼ਿਆਦਾਤਰ, ਅਤੇ ਇਹਨਾਂ ਦੇ ਹੁੰਦਿਆਂ ਸਾਨੂੰ ਕੋਈ ਖੌਫ ਨਹੀਂ। ਪਰ ਬਦਨਾਮ ਉਲਟਾ ਕੀਤਾ ਜਾਂਦਾ, ਕਿਸੇ ਨੂੰ ਰੇਪਿਸਟ ਕਹਿ ਕੇ, ਕਿਸੇ ਨੂੰ ਕਾਤਲ ਕਹਿ ਕੇ। ਦੇਖੋ ਮੈਂ ਇਹ ਗੱਲ ਕਵਾਂ, ਇਹ ਵੱਡੀ ਇਹਦੇ ਮਗਰ ਸਾਜਿਸ਼ ਹੈ, ਇਹ ਸਾਜਿਸ਼ ਜਿਹੜੀ ਨਾਗਪੁਰੋਂ ਚੱਲਦੀ ਹੈ ਔਰ ਬੀਜੇਪੀ ਨੂੰ ਹੁਕਮਾਂ ਦਾ, ਫਿਰ ਬੀਜੇਪੀ ਜਿਹੜੀ ਹੈ ਉਹ ਆਪਣੇ ਨੁਮਾਇੰਦਿਆਂ ਰਾਹੀਂ ਪੰਜਾਬ ਨੂੰ ਟਾਰਗੇਟ ਕਰਦੀ ਹੈ, ਫਿਰ ਪੰਜਾਬ ਦੇ ਲੋਕਾਂ ਦੇ ਟੋਲ ਕੰਗਣਾ ਰਣੌਤ ਕਰਦੀ ਹੈ, ਜਿਹਦਾ ਦਿਮਾਗੀ ਸੰਤੁਲਨ ਆਪਣਾ ਵਿਗੜਿਆ। ਤੁਸੀਂ ਦੇਖਿਆ ਉਹ ਕਈ ਵੀਡੀਓ ਦੇ ਵਿੱਚ, ਉਹਨੂੰ ਪੁੱਛਿਆ ਜਾਵੇ ਤਾਂ ਉਹ ਦੇਸ਼ ਆਜ਼ਾਦ ਕਦੋਂ ਹੋਇਆ ਉਹਨੂੰ ਨਹੀਂ ਪਤਾ ਲੱਗਦਾ, ਪਹਿਲੇ ਪ੍ਰਧਾਨ ਮੰਤਰੀ ਕੌਣ ਬਣੇ ਸਨ ਇਹ ਨਹੀਂ ਉਹਨੂੰ ਪਤਾ ਲੱਗਦਾ। ਉਹ ਓਦਾਂ ਦੇ ਵਿਵਾਦਿਤ ਬਿਆਨ ਦੇਣ ਦੇ ਵਿੱਚ ਸ਼ੁਰੂ ਤੋਂ ਮਸ਼ਹੂਰ ਹੈ, ਇੱਕ ਝੂਠੀ ਸ਼ੋਹਰਤ ਲਈ ਉਹ ਪੁੱਠੇ ਸਿੱਧੇ ਬਿਆਨ ਦਿੰਦੀ ਆ, ਉਹਨੂੰ ਸਰਕਾਰ ਨੂੰ ਲਗਾਮ ਦੇਣੀ ਚਾਹੀਦੀ ਉਹਦੇ ਉੱਤੇ, ਉਹ ਪੰਜਾਬ ਦਾ ਮਾਹੌਲ ਖਰਾਬ ਕਰੂ, ਸਾਡੇ ਦੇਸ਼ ਦਾ ਮਾਹੌਲ ਖਰਾਬ ਕਰੂ, ਇਹੋ ਜਿਹੇ ਵਾਹਿਆਤ ਪੁੱਠੇ ਸ਼ਬਦ ਬੋਲਣ ਵਾਲੀ ਜਿਹੜੀ ਕੋਈ ਐਕਟਰ ਹੈਗੀ ਆ ਜਾਂ ਹੁਣ ਅੱਜ ਐਮ ਪੀ ਆ, ਉਹਨੂੰ ਬੀਜੇਪੀ ਨੂੰ ਸਗੋਂ ਬਾਹਰ ਕਰਨਾ ਚਾਹੀਦਾ। ਬੀਜੇਪੀ ਉਹਨੂੰ ਸ਼ੈਲਟਰ ਕਰ ਰਹੀ ਹੈ, ਇਹਦਾ ਮਤਲਬ ਇੱਕ ਘੜੀ ਕਢਾਈ ਸਾਜਿਸ਼ ਦੇ ਤਹਿਤ ਕੰਮ ਚੱਲ ਰਿਹਾ ਪੰਜਾਬ ਨੂੰ ਬਦਨਾਮ ਕਰਨ ਲਈ। ਠੀਕ ਹੈ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ ਨਿਊਜ਼ 18 ਦੇ ਨਾਲ ਗੱਲਬਾਤ ਕਰਨ ਲਈ, ਧੰਨਵਾਦ ਹੈ। ਤਾਂ ਫਿਲਮ ਤੇ ਵਿਰੋਧ ਹੋ ਰਿਹਾ, ਐਮਰਜੈਂਸੀ ਫਿਲਮ ਤੇ, ਔਰ ਜਿਸ ਦੇ ਵਿਚਾਲੇ ਇਹ ਬਿਆਨ ਕੰਗਨਾ ਰਣੌਤ ਦੇ ਸਾਹਮਣੇ ਆਇਆ। Airports call 92074-92074. इस न्यूज हेडलाइंस के प्रायोजक एरोट्रो होम्स नियर मोहाली एयरपोर्ट, कॉल 9207492074।